ਅਸੀਂ ਸਵੇਰੇ ਦੁਕਾਨ 'ਤੇ ਆਏ ਹਾਂ ਅਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ। ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਅਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ, ਘੱਟੋ ਘੱਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਹੈ, ਅਤੇ ਗੱਲੇ 'ਚ ਪੈਸੇ ਵੀ ਸੀਗੇ 1 ਲੱਖ ਰੁਪਈਆ ਇਸ ਗੱਲੇ 'ਚ ਸੀ, 50,000 ਉਸ ਗੱਲੇ 'ਚ ਸੀ, ਟੋਟਲ 1.5 ਲੱਖ ਰੁਪਇਆ ਕੈਸ਼ ਸੀ। ਅਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ। CCTV ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ, ਬਾਕੀ ਉਹ DVR ਨਾਲ ਲਾ ਕੇ ਲੈ ਗਏ ਆ। ਸਰ ਕਿੰਨੇ ਕੁ ਬੰਦੇ ਸੀ ਜਿਹੜੇ ਤੁਸੀਂ? 3 ਬੰਦੇ ਆਏ ਆ ਜੀ ਫੁਟੇਜ 'ਚ। ਸਰ ਜਿਸ ਤਰ੍ਹਾਂ ਉਹਨਾਂ ਨੇ ਬਿਨਾਂ ਲੌਕ ਤੋੜੇ ਉਹਨੂੰ ਬੈਂਡ ਕਰਕੇ, ਤੇ ਲੱਗਦਾ ਨਹੀਂ ਵੀ ਕਿਤੇ ਕੋਈ ਭੇਸੀ ਬੰਦੇ ਦਾ ਕੰਮ ਹੋ ਵੀ ਸਕਦਾ ਜੀ, ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ, ਬਾਕੀ ਇਹ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ। ਕਿੰਨੇ ਕਿੰਨੇ ਨੁਕਸਾਨ ਹੋ ਗਏ ਟੋਟਲ? ਸਰ ਜੀ ਹੋ ਹੀ ਗਿਆ 20-25 ਲੱਖ ਰੁਪਏ ਦਾ। ਸਰ ਦਿਨ ਦਿਹਾੜੇ ਇੱਦਾਂ ਕ੍ਰਾਈਮ ਹੋਣਾ ਕਿਦਾਂ ਦੀ? ਇਹ ਦਿਨੇ ਨਹੀਂ ਜੀ ਹੋਇਆ, ਰਾਤ ਨੂੰ ਹੋਇਆ ਵਾ। ਅੱਗੇ ਤਾਂ ਅਸੀਂ ਮੈਂ ਤੁਹਾਡੇ ਮੂੰਹ ਹੀ ਸੁਣ ਰਿਹਾ, ਮੈਨੂੰ ਪਤਾ ਨਹੀਂ ਸੀਗਾ ਹੋਇਆ ਹੋਊਗਾ, ਮੈਨੂੰ ਪਤਾ ਨਹੀਂ ਇਸ ਬਾਰੇ। ਪ੍ਰਸ਼ਾਸਨ ਕੋਲੋਂ ਕੀ ਮੰਗ ਰਹੇ? ਪ੍ਰਸ਼ਾਸਨ ਕੋਲੋਂ ਮੰਗ ਹੈ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਅਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ। ਕੇਵੀ ਸ਼ੋਪਸ ਹੈਗੀ ਆ, ਉਹਨੂੰ ਬੁਲਾ ਕੇਵੀ ਸ਼ੋਪ ਹੈਗੀ ਹੈ, ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਹੈ ਰੋਬਰੀ ਹੋਈ ਹੈ ਜਿਹੜੀ ਹੈਗੀ ਹੈ ਜੋਲੀ ਸ਼ੋਪ ਦੇ ਵਿੱਚ ਇਹਦੇ ਹੈਗੀ ਹੈ, ਅਤੇ ਮੌਕੇ 'ਤੇ ਆਏ ਹਾਂ, ਬਾਕੀ ਵੈਰੀਫਾਈ ਕਰ। ਸਰ ਕੁਛ ਪਤਾ ਲੱਗਿਆ ਕਿੰਨਾ ਕੁ ਨੁਕਸਾਨ ਹੋਇਆ? ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ, ਮੈਂ ਤੁਹਾਨੂੰ ਦੱਸਦਾ ਜੀ, ਇਨੀਸ਼ੀਅਲ ਸਟੇਜ ਹਜੇ ਆਏ ਹੀ ਹੈਗੇ ਆ, ਵੇਖ ਕੇ ਸਾਰਾ ਅਸੈਸ ਕਰਕੇ ਫਿਰ ਤੋਂ ਦੱਸ। ਕੋਈ ਸੀਸੀ ਕੈਮਰਾ ਆਇਆ ਸਾਹਮਣੇ? ਦੇਖੋ ਮੈਂ ਤੁਹਾਨੂੰ ਫਿਰ ਉਹੀ ਰਿਪੀਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿੰਨਾ ਮੇਰੀ ਜਿਹੜੇ ਕੇਸ ਨੂੰ ਖਰਾਬ। ਸਰ ਵੈਸੇ ਪਤਾ ਲੱਗਾ ਕਿੰਨੇ ਕੁ ਦਾ ਟਾਈਮ ਸੀ, ਕਿੰਨੇ ਕੁ ਮੁੰਡੇ ਆਏ ਸੀ? ਫਿਰ ਉਹੀ ਗੱਲ ਹੈਗੀ ਆ, ਇਨੀਸ਼ੀਅਲ ਸਟੇਜ ਆ, ਆਇਆ ਮੌਕਾ ਵੇਖਿਆ ਹੈਗਾ ਆ, ਤੁਹਾਨੂੰ ਬਹੁਤ ਜਲਦੀ ਇਹ ਕੇਸ ਟ੍ਰੇਸ ਕਰਕੇ ਦੱਸਾਂਗੇ। ਅਸੀਂ ਸਵੇਰੇ ਦੁਕਾਨ 'ਤੇ ਆਏ ਹਾਂ ਅਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ, ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਅਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ, ਘੱਟੋ ਘੱਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਹੈ, ਅਤੇ ਗੱਲੇ 'ਚ ਪੈਸੇ ਵੀ ਸੀਗੇ 1 ਲੱਖ ਰੁਪਈਆ ਇਸ ਗੱਲੇ 'ਚ ਸੀ, 50,000 ਉਸ ਗੱਲੇ 'ਚ ਸੀ, ਟੋਟਲ 1.5 ਲੱਖ ਰੁਪਇਆ ਕੈਸ਼ ਸੀ। ਅਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ। ਸਰ ਪਤਾ ਲੱਗਾ CCTV ਲਗਾਏ ਸਾਹਮਣੇ? CCTV ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ, ਬਾਕੀ ਉਹ DVR ਨਾਲ ਲਾ ਕੇ ਲੈ ਗਏ ਆ। ਸਰ ਕਿੰਨੇ ਕੁ ਬੰਦੇ ਸੀ ਜਿਹੜੇ ਤੁਸੀਂ? 3 ਬੰਦੇ ਆਏ ਆ ਜੀ ਫੁਟੇਜ 'ਚ। ਸਰ ਜਿਸ ਤਰ੍ਹਾਂ ਉਹਨਾਂ ਨੇ ਬਿਨਾਂ ਲੌਕ ਤੋੜੇ ਉਹਨੂੰ ਬੈਂਡ ਕਰਕੇ, ਤੇ ਲੱਗਦਾ ਨਹੀਂ ਵੀ ਕਿਤੇ ਕੋਈ ਭੇਸੀ ਬੰਦੇ ਦਾ ਕੰਮ ਹੋ ਵੀ ਸਕਦਾ ਜੀ, ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ, ਬਾਕੀ ਇਹ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ। ਕਿੰਨੇ ਕਿੰਨੇ ਨੁਕਸਾਨ ਹੋ ਗਏ ਟੋਟਲ? ਸਰ ਜੀ ਹੋ ਹੀ ਗਿਆ 20-25 ਲੱਖ ਰੁਪਏ ਦਾ। ਸਰ ਦਿਨ ਦਿਹਾੜੇ ਇੱਦਾਂ ਕ੍ਰਾਈਮ ਹੋਣਾ ਕਿਦਾਂ ਦੀ? ਇਹ ਦਿਨੇ ਨਹੀਂ ਜੀ ਹੋਇਆ, ਰਾਤ ਨੂੰ ਹੋਇਆ ਵਾ। ਅੱਗੇ ਤਾਂ ਅਸੀਂ ਮੈਂ ਤੁਹਾਡੇ ਮੂੰਹ ਹੀ ਸੁਣ ਰਿਹਾ, ਮੈਨੂੰ ਪਤਾ ਨਹੀਂ ਸੀਗਾ ਹੋਇਆ ਹੋਊਗਾ, ਮੈਨੂੰ ਪਤਾ ਨਹੀਂ ਇਸ ਬਾਰੇ। ਪ੍ਰਸ਼ਾਸਨ ਕੋਲੋਂ ਕੀ ਮੰਗ ਰਹੇ? ਪ੍ਰਸ਼ਾਸਨ ਕੋਲੋਂ ਮੰਗ ਹੈ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਅਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ। ਕੇਵੀ ਸ਼ੋਪਸ ਹੈਗੀ ਆ, ਉਹਨੂੰ ਬੁਲਾ ਕੇਵੀ ਸ਼ੋਪ ਹੈਗੀ ਹੈ, ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਹੈ ਰੋਬਰੀ ਹੋਈ ਹੈ ਜਿਹੜੀ ਹੈਗੀ ਹੈ ਜੋਲੀ ਸ਼ੋਪ ਦੇ ਵਿੱਚ ਇਹਦੇ ਹੈਗੀ ਹੈ, ਅਤੇ ਮੌਕੇ 'ਤੇ ਆਏ ਹਾਂ, ਬਾਕੀ ਵੈਰੀਫਾਈ ਕਰ। ਸਰ ਕੁਛ ਪਤਾ ਲੱਗਾ ਕਿੰਨਾ ਕੁ ਨੁਕਸਾਨ ਹੋਇਆ? ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ, ਮੈਂ ਤੁਹਾਨੂੰ ਦੱਸਦਾ ਜੀ, ਇਨੀਸ਼ੀਅਲ ਸਟੇਜ ਹਜੇ ਆਏ ਹੀ ਹੈਗੇ ਆ, ਵੇਖ ਕੇ ਸਾਰਾ ਅਸੈਸ ਕਰਕੇ ਫਿਰ ਤੋਂ ਦੱਸ। ਕੋਈ ਸੀਸੀ ਕੈਮਰਾ ਆਇਆ ਸਾਹਮਣੇ? ਦੇਖੋ ਮੈਂ ਤੁਹਾਨੂੰ ਫਿਰ ਉਹੀ ਰਿਪੀਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿੰਨਾ ਮੇਰੀ ਜਿਹੜੇ ਕੇਸ ਨੂੰ ਖਰਾਬ। ਸਰ ਵੈਸੇ ਪਤਾ ਲੱਗਾ ਕਿੰਨੇ ਕੁ ਦਾ ਟਾਈਮ ਸੀ, ਕਿੰਨੇ ਕੁ ਮੁੰਡੇ ਆਏ ਸੀ? ਫਿਰ ਉਹੀ ਗੱਲ ਹੈਗੀ ਆ, ਇਨੀਸ਼ੀਅਲ ਸਟੇਜ ਆ, ਆਇਆ ਮੌਕਾ ਵੇਖਿਆ ਹੈਗਾ ਆ, ਤੁਹਾਨੂੰ ਬਹੁਤ ਜਲਦੀ ਇਹ ਕੇਸ ਟ੍ਰੇਸ ਕਰਕੇ ਦੱਸਾਂਗੇ।